ਸ਼੍ਰੀ ਚਮਕੌਰ ਸਾਹਿਬ ਮਾਰਗ ਤੇ ਸਥਿਤ ਪਿੰਡ ਰਾਮਪੁਰ ਬੇਟ ਝੂਮਲਟੀ ਜ਼ਿਲ੍ਹਾ ਰੂਪਨਗਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਵੱਲੋਂ ਸ਼ਹੀਦਾਂ ਦੀ ਸਮਾਧ ਦੇ ਨਾਲ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜ ਸਿੰਘ ਮੌਕਾ ਦੇਖਣ ਲਈ ਪਹੁੰਚੇ ਤਾਂ ਪ੍ਰਬੰਧਕਾਂ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਸਤਿਕਾਰ ਕਮੇਟੀ ਦੇ ਸਿੰਘਾਂ ਨੂੰ ਬਚਾ ਲਿਆ ਅਤੇ ਉਹਨਾਂ ਦਾ ਇਲਾਜ ਹੁਣ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਹਮਲੇ ਵਿੱਚ ਸਤਿਕਾਰ ਕਮੇਟੀ ਦੇ 3 ਸਿੰਘ ਜ਼ਖਮੀ ਹੋਏ ਹਨ। ਦੂਜੇ ਪਾਸੇ ਅਖੰਡ ਪਾਠ ਕਰਵਾ ਰਹੇ ਪ੍ਰਬੰਧਕ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਆਗਿਆ ਲੈ ਕੇ ਹੀ ਉਕਤ ਸਥਾਨ ਤੇ ਪਾਠ ਰਖਵਾਏ ਹਨ ਜਿਸ ਦਾ ਸਤਿਕਾਰ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਉਧਰ ਜ਼ਖਮੀ ਹੋਏ ਸਤਿਕਾਰ ਕਮੇਟੀ ਦੇ ਭਾਈ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਉਹ ਤਾਂ 5 ਸਿੰਘਾਂ ਨੂੰ ਮੌਕਾ ਦੇਖਣ ਲਈ ਗਏ ਸਨ ਪਰ ਹਾਲੇ ਗੱਲਬਾਤ ਹੀ ਹੋ ਰਹੀ ਸੀ ਕਿ ਉਹਨਾਂ ਉੱਪਰ ਅਚਾਨਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਾਂਜੀ, ਸਤਿਕਾਰ ਕਮੇਟੀ ਦੇ ਨਾਲ ਝਗੜਾ ਹੋਇਆ ਕੀ, ਕਿਸ ਗੱਲ ਨੂੰ ਲੈ ਕੇ ਹੋਇਆ, ਕੀ ਮਾਮਲਾ ਹੈਗਾ ਸਾਰੀ ਗੱਲਬਾਤ ਵਿੱਚ? ਇੱਥੇ ਸ਼ਹੀਦੀ ਸਥਾਨ 'ਤੇ ਜੀ ਆਪਣੇ ਮਹਾਰਾ ਪ੍ਰਕਾਸ਼ ਕੀਤੇ ਹਾਂ ਜੀ, ਆਪਣੇ ਲੜੀ ਚੱਲਦੀ ਖੰਡ ਪਾਠ ਸਾਹਿਬ ਦੀ ਸ਼ਹੀਦਾਂ ਯਾਦਗਿਰੀ ਮਨਾਉਣੀ ਅਸੀਂ ਕਾਫੀ ਸਮੇਂ ਪਿਛਲੇ ਸਮੇਂ ਤੋਂ ਜੀ, ਕਈ ਸਾਲਾਂ ਤੋਂ ਲੜੀ ਚੱਲਦੀ ਸਾਡੇ, ਅਤੇ ਉਹਨਾਂ ਨੇ ਸਾਨੂੰ ਆ ਕੇ ਕਿਹਾ ਵੀ ਤੁਸੀਂ ਇੱਥੇ ਕਿਉਂ ਮਹਾਰਾ ਪ੍ਰਕਾਸ਼ ਕੀਤਾ ਅਤੇ ਜਿਹੜੇ ਸਮਾਧਾਂ ਨੂੰ ਪੱਟੋ ਕਹਿੰਦੇ ਰਹੇ, ਅਤੇ ਅਸੀਂ ਕਿਹਾ ਵੀ ਇਹ ਸਾਡੇ ਨਗਰ ਦੇ ਵਿੱਚ ਨਾ ਇੱਕ ਕਮਰਾ ਗੁਰਦੁਆਰਾ ਸਾਹਿਬ ਦਾ ਸਾਡੇ ਕੋਲ ਜਗ੍ਹਾ ਕਮੀ ਕਰਕੇ ਅਸੀਂ ਇੱਥੇ ਕਰਾ ਲੈਂਦੇ ਹਾਂ ਜੀ। ਸੰਗਤਾਂ ਸ਼ਰਧਾ ਜੁੜੀ ਹੋਈ, ਬਾਹਰੋਂ ਸੰਗਤ ਇੱਥੇ ਮੱਥਾ ਟੇਕਦੀਆਂ ਆ ਕੇ ਇੱਥੇ। ਹਾਂਜੀ, ਅਤੇ ਪਿਛਲੇ ਸਾਲ ਵੀ ਕੋਈ ਝਗੜਾ ਹੋਇਆ ਸੀ, ਪਿਛਲੇ ਸਮਝੌਤਾ ਹੋਇਆ ਸੀ ਤੁਹਾਡਾ, ਪਿਛਲੇ ਸਾਲ ਕੀ ਹੋਇਆ ਸੀ? ਪਿਛਲੇ ਸਾਲ ਸਾਨੂੰ ਅਸੀਂ ਦਬਕੇ ਮਾਰ ਲੱਗ ਗਏ, ਅਚਾਨਕ ਆ ਗਏ ਜੀ, ਸਾਨੂੰ ਦਬਕੇ ਮਾਰਨ ਲੱਗ ਗਏ ਅਤੇ ਅਸੀਂ ਚਲੋ ਕਿਹਾ ਵੀ ਹੁਣ ਸਾਈਡ 'ਤੇ ਕਰ ਲੈਂਦੇ ਹਾਂ। ਅੱਛਾ, ਅਤੇ ਅਸੀਂ ਫਿਰ ਹੁਣ ਗੁਰਦੁਆਰਾ ਸਾਹਿਬ ਤੋਂ ਮਨਜ਼ੂਰੀ ਲਿਆਂਦੀ ਜੀ ਕਤਲਗੜ੍ਹ ਸਾਹਿਬ ਤੋਂ। ਕਿੱਥੋਂ ਜੀ? ਕਤਲਗੜ੍ਹ ਸਾਹਿਬ ਤੋਂ, ਸ੍ਰੀ ਕਤਲਗੜ੍ਹ ਸਾਹਿਬ। ਉਹਨਾਂ ਨੇ ਲਿਖਤੀ ਮਨਜ਼ੂਰੀ ਦਿੱਤੀ ਕੋਈ ਤੁਹਾਨੂੰ? ਲਿਖਤੀ ਮਨਜ਼ੂਰੀ ਲੈ ਲਈ ਅਸੀਂ। ਅੱਛਾ ਅੱਛਾ ਅੱਛਾ, ਹਾਂ ਜੀ। ਕੀ ਮਨਜ਼ੂਰੀ ਦਿੱਤੀ ਉਹਨਾਂ ਨੇ? ਵੀ ਉਹਨਾਂ ਆਪਣੇ ਗ੍ਰੰਥੀ ਸਿੱਖ ਭੇਜਿਆ ਸੀ ਇੱਕ। ਹਾਂਜੀ ਹਾਂਜੀ, ਉਹ ਚੈੱਕ ਕਰਕੇ ਗਿਆ ਵੀ ਸਮਾਧਾਂ ਅਲੱਗ, ਸਮਾਧ ਅਲੱਗ ਹੈ ਅਤੇ ਆਪਣੇ ਹਾਲ ਅਲੱਗ ਹੈ। ਤੁਹਾਨੂੰ ਲਿਖ ਕੇ ਦੇ ਕੇ ਕੁਛ? ਸਾਨੂੰ ਲਿਖ ਕੇ ਦਿੱਤੇ ਨੇ। ਕੀ ਗੱਲਬਾਤ ਹੋਈ ਹੈ, ਕਿਹੜੇ ਪਿੰਡ ਦੇ ਕੀ ਗੱਲਬਾਤ ਹੋਈ? ਦਾਸ ਦਾ ਨਾਮ ਹੈ ਜੀ ਇਕਬਾਲ ਸਿੰਘ, ਮੁੱਖ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਸਰਕਲ ਕੁਰਾਲੀ ਤੋਂ। ਚਮਕੌਰ ਸਾਹਿਬ ਦੇ ਲਾਗੇ ਇੱਕ ਪਿੰਡ ਆ ਜੀ ਰਾਮਪੁਰ ਬੇੜ ਚਮਰੂਟੀ। ਪਿਛਲੇ ਸਾਲ ਸੰਗਤ ਵੱਲੋਂ ਉੱਥੇ ਸ਼ਿਕਾਇਤ ਆਈ ਸੀਗੀ ਵੀ ਉੱਥੇ ਕੋਈ ਮਨਮਤ ਵਾਲੀ ਥਾਂ 'ਤੇ ਕੋਈ ਮੱਠ ਜਾਂ ਸਮਾਧਾ ਬਣਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਕੀਤੇ ਜਾਂਦੇ ਹਨ, ਜਿਹਦੇ ਬਾਬਤ ਅਕਾਲ ਤਖ਼ਤ ਸਾਹਿਬ ਤੋਂ ਮਨਾਹੀ ਹੈ ਜੀ, ਹੁਕਮਨਾਮਾ ਜਾਰੀ ਹੋਇਆ ਆ, ਅਤੇ ਸਾਡਾ ਸਰਕਾਰ ਕਮੇਟੀ ਦਾ ਫਰਜ਼ ਬਣਦਾ ਉੱਥੇ ਜਾ ਕੇ ਇਹ ਮਨਮਤ ਵਾਲੀ ਥਾਂ 'ਤੇ ਗੁਰੂ ਸਾਹਿਬ ਦੇ ਸਰੂਪ ਜੋ ਪ੍ਰਕਾਸ਼ ਹੋਣੇ ਰੋਕਣੇ ਆ। ਅਸੀਂ ਪੀਰੇ ਸਾਹਿਬ ਉੱਥੇ ਗਏ ਸੀਗੇ ਅਤੇ ਪਿੰਡ ਵਾਲਿਆਂ ਨਾਲ ਲਿਖਤੀ ਸਮਝੌਤਾ ਹੋਇਆ ਸੀਗਾ ਵੀ ਇੱਥੇ ਅੱਜ ਤੋਂ ਬਾਅਦ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਊਗਾ, ਅਤੇ ਐਤਕਾਂ ਫਿਰ ਉਹਨਾਂ ਨੇ ਉੱਥੇ ਖੰਡਪੜ ਸਾਹਿਬ ਦੋ ਆਰੰਭ ਕੀਤੇ ਸੀਗੇ। ਅੱਜ ਅਸੀਂ ਵੇਖਣ ਗਏ ਸੀ ਮੌਕਾ, ਸਿਰਫ 5 ਸਿੰਘ ਗਏ ਸੀ ਮੌਕਾ ਵੇਖਣ, ਜਾਂ ਉਹਨਾਂ ਕਿਤੋਂ ਪਰਮਿਸ਼ਨ ਲਈ ਅਕਾਲ ਤਖ਼ਤ ਸਾਹਿਬ ਤੋਂ ਜਾਂ ਕੇਸਗੜ੍ਹ ਸਾਹਿਬ ਤੋਂ ਸਾਨੂੰ ਦਿਖਾਓ ਭਾਈ, ਉਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਦਿਖਾ ਸਕੇ ਉਹ, ਅਤੇ ਅਸੀਂ ਅਜੇ ਗੱਲਬਾਤ ਕਰ ਰਹੇ ਸੀ ਪਿੰਡ ਵਾਸੀਆਂ ਨਾਲ, ਜਿਹੜਾ ਉੱਥੇ ਮੁੱਖ ਸੇਵਾਦਾਰ ਰਣਜੀਤ ਸਿੰਘ ਜੋ ਉੱਥੇ ਗੱਦੀ ਵੀ ਲਾਉਂਦਾ ਆ, ਲੋਕਾਂ ਨੂੰ ਪੁੱਛਿਆ ਹੀ ਦਿੰਦਾ ਆ, ਗੁਰੂ ਸਾਹਿਬ ਦੀ ਹਜ਼ੂਰੀ 'ਚ ਸਾਰੇ ਮਨਮਤੀ ਕਾਰਵਾਈ ਇੱਥੇ ਕਰਦਾ ਆ, ਉਹਨੇ ਫੋਨ ਕਰਕੇ ਕੋਈ ਨਿਹੰਗ ਸਿੰਘ ਬਾਣੇ ਵਿੱਚ ਕੋਈ ਬੰਦੇ ਬੁਲਾ ਲਏ, ਨਿਹੰਗ ਸਿੰਘ ਤਾਂ ਅਸੀਂ ਕਹਿ ਨਹੀਂ ਸਕਦੇ, ਉਹਨਾਂ ਨਿਹੰਗ ਸਿੰਘ ਬਾਣੇ ਵਿੱਚ ਕੋਈ ਉਹ ਇਹੋ ਜਿਹੇ ਦੁਸ਼ਟ ਲੋਕ ਸੀਗੇ ਜਿਹਨੇ ਆਉਂਦੇ ਨੇ 25-30 ਬੰਦੇ ਨੇ ਸਾਡੇ 'ਤੇ ਆਉਂਦੇ ਨੇ, ਗੱਲਬਾਤ ਨਹੀਂ ਕੀਤੀ ਕੁਛ ਨਹੀਂ, ਆਉਂਦੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸਾਡੇ 'ਤੇ, ਜਿਹਦੇ ਵਿੱਚ ਦਾਸ ਦੇ ਇੱਥੇ ਇੱਕ ਗੰਡਾਸੀ ਨਾਲ ਫੱਟ ਲੱਗਾ ਆ, ਅਤੇ ਇੱਥੇ ਵੀ ਕਿਰਪਾਨ ਵੱਜੀ, ਇੱਥੇ ਕਿਰਪਾਨ ਵੱਜੀ, ਅਤੇ ਨਾਲ ਦੇ ਸਿੰਘ ਬਾਬਾ ਮੋਹਨ ਸਿੰਘ ਜੀ ਅਤੇ ਭਾਈ ਰਵਿੰਦਰ ਸਿੰਘ ਜੀ, ਇਹਨਾਂ ਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ। ਕੀ ਕਾਰਵਾਈ ਚਾਹੁੰਦੇ ਹੁਣ ਤੁਸੀਂ, ਕੀ ਕਹਿਣਾ?
ਅਸੀਂ ਕਾਰਵਾਈ ਤਾਂ 295 ਇਹ ਚਾਹੁੰਦੇ ਹਾਂ ਜੋ ਸਾਡੀ ਭਾਵ ਨੂੰ ਠੇਸ ਪਹੁੰਚੀ ਹੈ ਅਕਾਲ ਦਲ ਸਾਹਿਬ ਹੁਕਮਨਾਮੇ ਦੀ ਉਲੰਘਣਾ ਜੋ ਉਹਨੇ ਕੀਤੀ ਹੈ ਅਤੇ ਬਾਕੀ ਰਾਧਾ ਕਤਲ ਦਾ ਅਸੀਂ ਉਹਨਾਂ 'ਤੇ ਪਰਚਾ ਦਾ ਵੀ ਨਾਮ ਆ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਮਾਮਲੇ ਸੰਬੰਧੀ? ਮੇਰਾ ਨਾਂ ਹਰਦੇਵ ਕੌਰ ਆ। ਮੈਂ ਕਹਿੰਦੀ ਵੀ ਸਾਡਾ ਕੰਮ ਐਕਣੇ ਚੱਲਣਾ ਚਾਹੀਦਾ, ਸ਼ਹੀਦਾਂ ਸਿੰਘਾਂ ਪਰ ਸਾਡੇ ਪਾਠ ਚੱਲਣੇ ਚਾਹੀਦੇ, ਰੁਕਾਵਟ ਨਹੀਂ ਆਉਣੀ ਚਾਹੀਦੀ ਵਿੱਚ। ਇਹਨਾਂ ਨੇ ਪਿਛਲੇ ਸਾਲ ਵੀ ਆਹੀ ਕੁਛ ਕਰਿਆ, ਐਤਕੀ ਫਿਰ ਆ ਗਏ। ਸਤਿਕਾਰ ਕਮੇਟੀ ਕਹਿੰਦੇ ਅਕਾਲ ਤਖ਼ਤ ਵੱਲੋਂ ਜਿਹੜਾ ਫੈਸਲਾ ਹੋਇਆ ਵੀ ਜਿਹੜੀ ਸਮਾਧਾਂ ਤੇ ਪਾਠ ਨਹੀਂ ਰੱਖੇ ਜਾ ਸਕਦੇ, ਉਲੰਘਣਾ ਹੈਗੀ, ਤੁਸੀਂ ਕੀ ਕਹਿਣਾ ਇਹਦੇ ਬਾਰੇ? ਨਹੀਂ ਜੀ, ਸਮਾਧ ਆ ਇੱਕ ਸਾਈਡ, ਸਮਾਧ ਵਿੱਚ ਨਹੀਂ ਆਉਂਦੀ, ਸਮਾਧ ਅਲੱਗ ਹੈ। ਇਹ ਸਾਡੇ ਜਗ੍ਹਾ ਇੱਥੇ ਕਿਸੇ ਪਾਸੇ ਹੈ ਨਹੀਂ ਦੀ, ਜਗ੍ਹਾ ਖੁੱਲ੍ਹੀ ਅਸੀਂ ਅਖੰਡ ਪਾਠ ਵਾਸਤੇ ਬਣਾਈ। ਅਖੰਡ ਪਾਠ ਸਾਰੇ ਪਿੰਡ ਦਾ ਵੀ ਹੁੰਦਾ, ਕੋਈ ਬਜ਼ੁਰਗ ਦੀ ਮੌਤ ਹੁੰਦੀ ਆ ਤਾਂ ਵੀ ਅਖੰਡ ਇੱਥੇ ਅਸੀਂ ਪਾਠ ਕਰਦੇ ਹਾਂ। ਇਹਦੇ ਵਿੱਚ ਨਾ ਜੀ ਪਿੰਡ 'ਚ ਮਲੂਠੇ ਦੇ ਵਿੱਚ ਅਖੰਡ ਪਾਠ ਰੱਖਿਆ ਹੋਇਆ ਸੀ ਪਿੰਡ ਵਾਸੀਆਂ ਨੇ, ਉਹਦੇ ਵਿੱਚ ਸਤਿਕਾਰ ਕਮੇਟੀ ਵਾਲੇ ਆਏ ਵੀ ਉਹਨਾਂ ਨਾਲ ਕੋਈ ਉਹਨਾਂ ਦਾ ਆਪਸ 'ਚ ਹੀ ਕੋਈ ਮੈਂ ਤੂੰ ਤੂੰ ਝਗੜਾ ਹੋ ਗਿਆ ਉੱਥੇ। ਝਗੜਾ ਹੋਣ ਨਾਲ ਦੋ ਬੰਦੇ ਦੀਆਂ ਸੱਟਾਂ ਲੱਗੀਆਂ, ਪੁਲਿਸ ਨੇ ਜਾ ਕੇ ਮੌਕੇ 'ਤੇ ਕੰਟਰੋਲ ਕਰ ਲਿਆ, ਕੰਟਰੋਲ ਕਰਕੇ ਹੁਣ ਜਿਹੜੇ ਦੋ ਬੰਦੇ ਨੇ ਹੋਸਪਿਟਲ ਦਾਖਲ, ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਰਹੇ ਹਾਂ, ਤਫਤੀਸ਼ ਜਾਰੀ ਹੈ। ਇਹਨਾਂ ਨੇ ਪਿੰਡ ਵਾਲਿਆਂ ਦੀ ਗਲਤੀ ਹੈ ਅਤੇ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਇਹਨਾਂ ਦੇ ਬਕਾਇਦਾ ਲਿਖਤੀ ਸਾਡੇ ਕੋਲ ਜਿਹੜੀ ਐਪਲੀਕੇਸ਼ਨ ਆਈ ਹੈ ਉਹਨੂੰ ਵੀ ਤੁਸੀਂ ਹਾਈਲਾਈਟ ਕਰੋ ਕਿ ਇਹਨਾਂ ਲੋਕਾਂ ਨੇ ਪਿੰਡ ਵਾਲਿਆਂ ਨੇ ਇਕੱਠਿਆ ਹੋ ਕੇ ਸਾਡੇ ਕੋਲੋਂ ਕੀ ਪਰਮਿਸ਼ਨ ਲਈ ਸੀ ਕਿ ਭਾਈ ਅਸੀਂ ਸਿਰਫ ਉਹਨੂੰ ਹਾਲ ਨੂੰ ਵਰਤਣਾ ਅਤੇ ਉਹਦੇ ਵਿੱਚ ਅਖੰਡ ਪਾਠ ਸਾਹਿਬ ਰੱਖਣਾ। ਸਮਾਧਾਂ ਵਿੱਚ ਕੋਈ ਐਸਾ ਉਹ ਨਹੀਂ ਸੀ ਵੀ ਅਸੀਂ ਸਮਾਧ 'ਤੇ ਅਖੰਡ ਪਾਠ। ਹੁਣ ਸਮਾਧ 'ਤੇ ਵੀ ਮੱਥਾ ਟੇਕਿਆ, ਉੱਥੇ ਪ੍ਰਸ਼ਾਦ ਚੜ੍ਹਾਇਆ ਜਾ ਰਿਹਾ, ਸਮਾਧ 'ਤੇ ਜਿਹੜੀ ਹੈਗੀ ਉਲੰਘਣਾ ਹੋ ਰਹੀ ਹੈ, ਹੁਣ ਇਹਦੇ 'ਚ ਕੀ ਕਾਰਵਾਈ ਕਰੋਗੇ ਤੁਸੀਂ ਹੁਣ? ਨਹੀਂ ਉਹ ਤਾਂ ਗਲਤ ਗੱਲ ਹੈ ਨਾ ਜੀ, ਅਖੰਡ ਪਾਠ ਜਿਹੜਾ ਰੱਖ ਦਿੱਤਾ ਉਹਦਾ ਭੋਗ ਤਿਆਗ ਦਾ 48 ਘੰਟਿਆਂ 'ਚ ਪੈ ਜਾਂਦਾ, ਉਸ ਤੋਂ ਬਾਅਦ ਅਗਲੇ ਅਖੰਡ ਪਾਠ ਨਹੀਂ ਰੱਖਣੇ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।